ਤੁਸੀਂ ਦੇਖ ਰਹੇ ਹੋ ਨਕੋਦਰ ਨਿਊਜ਼ ਰਿਪੋਰਟ। ਜਗਰਾਓ ਤੋਂ ਬਾਅਦ ਹੁਣ ਕਸਬਾ ਸਿੱਧਵਾਂ ਬੇਟ 'ਚ ਵੀ ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਨੇ ਦਸਤਕ ਦੇ ਦਿੱਤੀ ਹੈ। ਦੇਰ ਸ਼ਾਮ ਸਿੱਧਵਾਂ ਬੇਟ ਵਾਸੀ ਕਰੋਨਾ ਤੋਂ ਪੀੜਤ ਇਸ ਮਰੀਜ਼ ਨੂੰ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਜਗਰਾਓ ਸਿਵਲ ਹਸਪਤਾਲ 'ਚ ਇਕਾਂਤਵਾਸ ਕਰਨ ਵਾਸਤੇ ਲੈ ਗਈ ਹੈ। ਜਾਣਕਾਰੀ ਅਨੁਸਾਰ ਸਿੱਧਵਾਂ ਬੇਟ ਵਾਸੀ ਰਘਵੀਰ ਸਿੰਘ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ, ਜਿਸ ਕਾਰਨ ਉਹ ਬੀਤੇ ਦਿਨੀ ਖੁਦ ਹੀ ਆਪਣਾ ਕਰੋਨਾ ਟੈਸਟ DMC ਹਸਪਤਾਲ ਲੁਧਿਆਣੇ ਤੋਂ ਕਰਵਾ ਕੇ ਘਰ ਵਾਪਸ ਪਰਤਿਆ ਸੀ। ਅੱਜ ਜਿਉਂ ਹੀ ਉਸ ਦੀ ਰਿਪੋਰਟ ਪੋਜ਼ੀਟਿਵ ਆਈ ਤਾਂ ਸਿਹਤ ਵਿਭਾਗ ਅਤੇ ਪੁਲਿਸ ਟੀਮ ਹਲਕਤ 'ਚ ਆਉਂਦੀ ਉਹਨਾਂ ਦੇ ਘਰ ਜਾ ਪਹੁੰਚੀ, ਜਿੱਥੇ ਸਿਹਤ ਵਿਭਾਗ ਦੀ ਟੀਮ ਰਘਵਰ ਸਿੰਘ ਨੂੰ ਸਿਵਲ ਹਸਪਤਾਲ ਜਗਰਾਓ ਲੈ ਆਈ। Mm-hmm.